ਪਟਿਆਲਾ ਦੀ ਨਾਭਾ ਰੋਡ ਪਾਖੜਾ ਸਥਿਤ ਇੱਕ ਵਿਅਕਤੀ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਵੱਲੋਂ ਵਿਅਕਤੀ ਦੀ ਭਾਲ ਜਾਰੀ ਹੈ। ਗੋਤਾਖੋਰਾਂ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਾਖੜਾ ਦੇ ਲਾਗੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀ, ਜੋ ਭਵਾਨੀਗੜ੍ਹ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਹੈ, ਜਿਸ ਵਿੱਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਮੌਕੇ ਤੇ ਗੋਤਾਖੋਰ ਸ਼ੰਕਰ ਨੇ ਕਿਹਾ, ਸ਼ੰਕਰ ਭਾਰਦਵਾਜ ਭੋਲੇ ਸ਼ੰਕਰ ਡਰਾਈਵਰ ਕਲੱਬ ਦਾ ਪ੍ਰਧਾਨ। ਕੀ ਹੋਏ? ਅੱਜ ਸਵੇਰੇ ਜਦੋਂ ਗੋਤਾਖੋਰ ਰਾਊਂਡ ਮਾਰ ਰਹੇ ਸੀਗੇ, ਇੱਕ ਬਾਈਕ ਜਿਹੜਾ ਇੱਥੇ ਨਾਭਾ ਰੋਡ ਪਾਖੜਾ 'ਤੇ ਖੜ੍ਹਾ ਮਿਲਿਆ, ਜਿਸਦੀ ਪਛਾਣ ਸੁਖਵਿੰਦਰ ਸਿੰਘ ਕੋਈ ਭਵਾਨੀਗੜ੍ਹ ਦਾ ਰਹਿਣ ਵਾਲਾ ਬੰਦਾ, ਅਤੇ ਇੱਥੇ ਲਾਵਾਰਿਸ ਮੋਟਰਸਾਈਕਲ ਮਿਲਿਆ ਜਿਹਦੇ ਵਿੱਚ ਇੱਕ ਸੁਸਾਈਡ ਨੋਟਸ ਮਿਲਿਆ। ਸੁਸਾਈਡ ਦੇ ਨੋਟ ਦੇ ਵਿੱਚ ਇੱਦਾਂ ਦਾ ਕੁਛ ਐਸਾ ਨਹੀਂ ਲਿਖਿਆ, ਪਰ ਇਹ ਬੰਦਾ ਖੇਤੀਬਾੜੀ ਦਾ ਕੰਮ ਕਰਦਾ ਸੀਗਾ, ਅਤੇ ਇਹਦੇ ਬੇਟੇ ਦਾ ਮੇਰੇ ਤਾਂ ਬਰਥਡੇ ਸੀ ਕੱਲ੍ਹ, ਉਸ ਡਿਪਰੈਸ਼ਨ ਦੇ ਵਿੱਚ ਜਾਂ ਕੋਈ ਘਰੇਲੂ ਪ੍ਰੋਬਲਮ ਕਰਕੇ ਸ਼ਾਇਦ ਨਹਿਰ ਦੇ ਵਿੱਚ ਗਿਰ ਗਿਆ। ਕੋਈ ਡੈੱਡ ਬੋਡੀ ਮਿਲੀ ਕੁਛ ਹੈ? ਨਹੀਂ, ਹਾਲੇ ਤੱਕ ਤਾਂ ਫਿਲਹਾਲ ਕੋਈ ਡੈੱਡ ਬੋਡੀ ਨਹੀਂ ਮਿਲੀ, ਕਿਉਂਕਿ ਸਿਰਫ ਸੁਸਾਈਡ ਨੋਟ ਅਤੇ ਮੋਟਰਸਾਈਕਲ ਮਿਲਿਆ, ਜਿਹਦੀ ਗੋਤਾਖੋਰ ਹੁਣ ਭਾਲ ਕਰ ਰਹੇ ਨੇ। ਬੰਦੇ ਫੋਟੋ ਭੇਜਤੀ ਅੱਗੇ।